ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਖੁਸ਼ੀ ਤੁਸੀਂ ਵੇਖ ਰਹੇ ਹੋ ਲੁਧਿਆਣਾ ਟਾਈਮਸ ਸਿਮਰਜੀਤ ਸਿੰਘ ਬੈਂਸ ਕੇਸ ਵਿੱਚ ਇੱਕ ਹੋਰ ਨਵਾਂ ਮੋੜ ਆਇਆ ਜਿੱਦਾਂ ਕਿ ਪਹਿਲਾਂ ਹੀ ਜਿਹੜਾ ਇਹ ਮਾਮਲਾ ਹੈ ਹੋਰ ਪੱਖਦਾ ਜਾ ਰਿਹਾ ਉਸ ਤੋਂ ਬਾਅਦ FIR ਦਰਜ ਹੋਣ ਦੇ ਮਾਮਲੇ ਜਾਰੀ ਨੇ ਜਿੱਦਾਂ ਕਿ ਪਹਿਲਾਂ ਪ੍ਰਿੰਕਲ ਤੇ ਵੀ FIR ਦਰਜ ਹੋਈ ਉਸ ਤੋਂ ਬਾਅਦ ਜਿਹੜੇ ਗੁਰਦੀਪ ਕੌਰ ਜੋ ਕਿ ਜਿਸਨੇ ਪਹਿਲਾਂ ਸਭ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਤੇ ਕੇਸ ਦਰਜ ਕੀਤਾ ਸੀ ਇਲਜ਼ਾਮ ਲਗਾਇਆ ਸੀ ਗੰਭੀਰ ਇਲਜ਼ਾਮ ਲਗਾਇਆ ਸੀ ਜੋ ਕਿ ਕਾਫੀ ਦਿਨਾਂ ਤੋਂ DC ਦਫ਼ਤਰ ਦੇ ਬਾਹਰ ਵੀ ਧਰਨਾ ਉਹਨਾਂ ਨੇ ਲਗਾਇਆ ਉਹਨਾਂ ਤੇ ਉਸ ਤੋਂ ਬਾਅਦ ਪਰਮਜੀਤ ਕੌਰ ਤੇ ਉਹਨਾਂ ਦੇ ਨਾਲ ਹੋਰ ਕੁਝ ਲੋਕਾਂ ਦਾ ਨਾਮ ਸਾਹਮਣੇ ਹੈ ਜਿਨ੍ਹਾਂ ਉੱਤੇ FIR ਦਰਜ ਕੀਤੀ ਗਈ ਹੈ FIR ਦੀ ਜਿਹੜੀ ਕਾਪੀ ਹੈ ਤੁਹਾਨੂੰ ਸਕਰੀਨ ਤੇ ਅਸੀਂ ਦਿਖਾਵਾਂਗੇ ਕਿ ਉਹ ਤੁਸੀਂ ਦੇਖ ਸਕਦੇ ਹੋ ਇਸ FIR ਜਿਹੜੀ ਤੁਹਾਨੂੰ ਦਿਖਾ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਬਲੈਕ ਮਾਰਕਰ ਨਾਲ ਕੁਝ ਡਿਟੇਲਸ ਤੇ ਇਨਫੋਰਮੇਸ਼ਨ ਬਿਲਕੁਲ ਮਤਲਬ ਗਾਇਬ ਕੀਤੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਹ ਡਿਟੇਲਸ ਨੇ ਜਿੱਥੇ ਕਿ ਕਿੱਥੇ ਕੇਸ ਦਰਜ ਕੀਤਾ ਗਿਆ ਸਭ ਕੁਝ ਉਹ ਡਿਟੇਲਸ ਨੇ ਇਹ ਵਾਇਰਲ ਹੋ ਰਹੀ ਹੈ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ FIR ਦੀ ਹਾਲਾਂਕਿ ਮੈਂ ਤੁਹਾਨੂੰ ਦੱਸਦਾ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਈਏ ਕਿ ਜਿਹੜੇ ਮੁੱਖ ਗਵਾਹ ਰਣਜੀਤ ਸਿੰਘ ਹੈ ਗੁਰਦੀਪ ਕੌਰ ਦੇ ਕੇਸ ਵਿੱਚ ਜੋ ਜਿਹੜੇ ਮੁੱਖ ਗਵਾਹ ਨੇ ਉਹਨਾਂ ਦਾ ਵੀ ਨਾਮ ਇਸ ਵਿੱਚ ਆਇਆ ਉਸ ਤੋਂ ਬਾਅਦ ਮੁਖਤਿਆਰ ਸਿੰਘ ਜੋ ਕਿ ਗੁਰਦੀਪ ਕੌਰ ਦੇ ਪਿਤਾ ਨੇ ਉਹਨਾਂ ਦਾ ਨਾਮ ਆਇਆ ਉਸ ਤੋਂ ਬਾਅਦ ਜਿਹੜੇ ਅਮਰਜੀਤ ਸਿੰਘ ਉਹਨਾਂ ਦੇ ਬੇਟੇ ਜੋ ਕਿ ਕੈਨੇਡਾ ਵਿੱਚ ਉਹਨਾਂ ਦਾ ਵੀ ਇਸ FIR ਵਿੱਚ ਨਾਮ ਦਰਜ ਕੀਤਾ ਗਿਆ ਪੰਜ ਲੋਕ ਨੇ ਕੁੱਲ ਮਿਲਾ ਕੇ ਜੋ ਕਿ ਮਤਲਬ ਇਸ ਮੁੱਦੇ ਵਿੱਚ ਸ਼ਾਮਿਲ ਹੋ ਰਹੇ ਮਾਮਲੇ ਵਿੱਚ ਸ਼ਾਮਿਲ ਇਹਨਾਂ ਦਾ ਨਾਮ ਕੀਤਾ ਗਿਆ FIR ਦੀ ਕਾਪੀ ਤੁਹਾਨੂੰ ਲਗਾਤਾਰ ਅਸੀਂ ਸਕਰੀਨ 'ਤੇ ਦਿਖਾ ਰਹੇ ਹਾਂ ਹਾਲਾਂਕਿ ਜਿਹੜੀ ਤੁਸੀਂ ਧਿਆਨ ਦਿਓ ਤਾਂ ਇਸ FIR ਦੇ ਬਲੈਕ ਮਾਰਕਰ ਨਾਲ ਕੁਝ ਡਿਟੇਲਸ ਲੁਕੋਈਆਂ ਗਈਆਂ ਨੇ ਉਹ ਡਿਟੇਲਸ ਨੇ ਜਿਵੇਂ ਕਿ ਕਿੱਥੇ ਕੇਸ ਜਿਹੜਾ FIR ਜਿਹੜੀ ਦਰਜ ਕੀਤੀ ਗਈ ਹੈ ਇਹ ਡਿਟੇਲਸ ਲੁਕੋਈਆਂ ਗਈਆਂ ਨੇ ਪਰ ਇਹ ਵਾਇਰਲ ਹੋਈ ਹੈ ਤਸਵੀਰ ਹੁਣ ਹਾਲਾਂਕਿ ਜਿਹੜਾ ਪੂਰਾ ਮਾਮਲਾ ਦੱਸਿਆ ਜਾਂਦਾ ਹੈ ਇੱਕ FIR ਵਿੱਚ ਲਿਖਿਆ ਗਿਆ ਹੈ ਕਿ ਇਹਨਾਂ ਤੇ ਕਿਸ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਮਾਮਲਾ ਬਿਲਕੁਲ ਸਿਮਰਜੀਤ ਸਿੰਘ ਬੈਂਸ ਤੇ ਕੇਸ ਤੋਂ ਬਿਲਕੁਲ ਉਲਟ ਹੈ ਬਿਲਕੁਲ ਓਪੋਜ਼ਿਟ ਹੈ ਕਿਉਂਕਿ ਬਿਲਕੁਲ ਲੈਣਾ ਦੇਣਾ ਕੋਈ ਮਾਮਲਾ ਦਾ ਨਹੀਂ ਹੈ ਪਰ ਇਹਨਾਂ ਤੇ FIR ਧੋਖਾਧੜੀ ਦੇ ਮਾਮਲੇ ਦੇ ਕੀਤਾ ਗਿਆ ਧੋਖਾਧੜੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਪੰਜ ਲੋਕ ਇਸ ਵਿੱਚ ਸ਼ਾਮਿਲ ਨੇ ਜਨਵਰੀ 2020 ਦੀ ਗੱਲ ਇਸ ਵਿੱਚ ਆਖੀ ਗਈ ਹੈ ਕਿ ਇੱਕ ਬੰਦਾ ਜੋ ਕਿ ਬੱਸ ਵਿੱਚ ਬੈਠਦਾ ਹੈ ਤੇ ਆਪਣੇ ਨਾਲ ਦੀ ਸੀਟ ਤੇ ਉਹ ਗੁਰਦੀਪ ਕੌਰ ਤੇ ਰਣਜੀਤ ਸਿੰਘ ਨੂੰ ਮਿਲਦਾ ਜੋ ਕਿ ਰਣਜੀਤ ਸਿੰਘ ਪਹਿਲਾਂ ਵੀ ਦੱਸਿਆ ਕਿ ਜਿਹੜਾ ਮੁੱਖ ਗਵਾਹ ਹੈ ਗੁਰਦੀਪ ਕੌਰ ਦੇ ਕੇਸ ਵਿੱਚ ਬੱਸ ਸਟੈਂਡ ਬੱਸ ਵਿੱਚ ਦੋਵੇਂ ਮਿਲਦੇ ਆ ਦੋਵੇਂ ਗੱਲਬਾਤ ਕਰ ਰਹੇ ਹੁੰਦੇ ਆ ਤਾਂ ਜਿਹੜਾ ਵਿਅਕਤੀ ਹੈ ਬਿਲਕੁਲ ਜੋ ਦੱਸ ਰਿਹਾ ਜਿਸ ਵੱਲੋਂ FIR ਦਰਜ ਹੋਈ ਹੈ ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਦੋਵੇਂ ਗੱਲ ਕਰ ਰਹੇ ਹੁੰਦੇ ਆ ਤੇ ਉਹਨਾਂ ਨਾਲ ਮਿਲਦਾ ਹੈ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਗੁਰਦੀਪ ਕੌਰ ਤੇ ਰਣਜੀਤ ਸਿੰਘ ਦੱਸਦੇ ਆ ਕਿ ਪਹਿਲਾਂ ਪ੍ਰਾਪਰਟੀ ਦਾ ਕੰਮ ਕਰਦੇ ਸੀ ਪ੍ਰਾਪਰਟੀ ਦਾ ਕੰਮ ਨਹੀਂ ਚੱਲਿਆ ਠੱਪ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਬਾਹਰਲੇ ਸ਼ਹਿਰਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਉੱਥੇ ਕਾਫੀ ਲੋਕਾਂ ਨੂੰ ਉਹਨਾਂ ਨੇ ਭੇਜਿਆ ਕਾਫੀ ਬੱਚੇ ਜਿਹੜੇ ਆ ਹੋਰ ਜਿਹੜੇ ਨੌਜਵਾਨ ਆ ਉੱਥੇ ਗਏ ਆ ਉਹਨਾਂ ਨੂੰ ਵਧੀਆ ਜੌਬ ਲਗਵਾਈਆਂ ਨੇ ਤਾਂ ਕਾਫੀ ਦੇਰ ਤੱਕ ਕੰਮ ਕਰ ਰਹੇ ਆ ਗੁਰਦੀਪ ਕੌਰ ਆਪਣੇ ਬੇਟੇ ਦਾ ਵੀ ਨਾਮ ਮੈਂਸ਼ਨ ਕਰਦੀ ਹੈ ਕਿ ਕਿਸ ਤਰ੍ਹਾਂ ਉਸਦਾ ਬੇਟਾ ਵੀ ਕੈਨੇਡਾ ਵਿੱਚ ਗਿਆ ਉਸਨੂੰ ਵੀ ਭੇਜਿਆ ਤਾਂ ਇਸ ਤਰ੍ਹਾਂ ਉਹ ਦੱਸਦੇ ਕਿ ਕਿਸ ਤਰ੍ਹਾਂ ਮਤਲਬ ਲੋਕਾਂ ਨੂੰ ਬਾਹਰ ਭੇਜਦੇ ਆ ਤੇ ਇਹਨਾਂ ਦੋਵਾਂ ਦੇ ਨੰਬਰ ਐਕਸਚੇਂਜ ਹੁੰਦੇ ਆ ਨੰਬਰ ਐਕਸਚੇਂਜ ਹੋਣ ਤੋਂ ਬਾਅਦ ਦੱਸਿਆ ਜਾਂਦਾ ਕਿਸ ਤਰ੍ਹਾਂ ਇਹਨਾਂ ਦੀ ਪ੍ਰੋਸੀਡਿੰਗਸ ਹੋਣਗੀਆਂ ਤੇ ਉਸੇ ਤਰ੍ਹਾਂ ਜਿਹੜਾ ਬੰਦਾ ਇਹ ਦੱਸ ਰਿਹਾ ਕਿ ਬੱਸ ਵਿੱਚ ਮਿਲਦੇ ਆ ਗੱਲਬਾਤ ਹੁੰਦੀ ਹੈ ਸਾਰੀ ਉਸ ਤੋਂ ਬਾਅਦ ਦੁਬਈ ਜਾਣ ਲਈ ਮਦਦ ਮੰਗਦਾ ਹੈ ਤੇ ਉਹ ਕਹਿੰਦੇ ਦੁਬਈ ਤੁਹਾਨੂੰ ਭੇਜਿਆ ਜਾਏਗਾ ਤੁਹਾਨੂੰ ਵਧੀਆ ਹੋਟਲ ਵਿੱਚ ਨੌਕਰੀ ਦਿਵਾਈ ਜਾਏਗੀ ਉਸ ਤੋਂ ਪਹਿਲਾਂ ਤੁਹਾਨੂੰ 5 ਲੱਖ ਰੁਪਏ ਦੇਣੇ ਪੈਣਗੇ ਪਰ ਜਿਹੜਾ ਬੰਦਾ ਉਹ ਆਖਦਾ ਕਿ ਮੈਂ ਤੁਹਾਡੇ ਤੇ ਭਰੋਸਾ ਕਿਵੇਂ ਕਰ ਸਕਦਾ ਹਾਲਾਂਕਿ ਪਹਿਲੇ ਜਦ ਬੱਸ ਵਿੱਚ ਗੱਲ ਕਰਦਾ ਤਾਂ ਉਹਨੂੰ ਭਰੋਸਾ ਹੋਣ ਲੱਗ ਜਾਂਦਾ ਤਾਂ ਹੀ ਉਹ ਅੱਗੇ ਇਸ ਪ੍ਰੋਸੀਡਿੰਗ ਲਈ ਵੱਧਦਾ ਹੈ ਬਟ ਉਸ ਤੋਂ ਬਾਅਦ ਉਹ ਇੱਕ 5 ਲੱਖ ਰੁਪਏ ਸੁਣ ਕੇ ਇੱਕ ਸਵਾਲ ਖੜਾ ਕਰਦਾ ਹੈ ਕਿ ਕਿਸ ਤਰ੍ਹਾਂ ਮਤਲਬ ਮੈਂ ਤੁਹਾਡੇ 'ਤੇ ਭਰੋਸਾ ਕਰ ਸਕਦਾ ਤਾਂ 500 ਰੁਪਏ ਦੀ ਜਿਹੜੀ ਮਤਲਬ 500 ਦਾ ਸਟੈਂਪ ਪੇਪਰ ਦੇ ਉੱਤੇ ਸਾਰੇ ਕਹਿੰਦੇ ਕਿ ਅਸੀਂ ਡਿਟੇਲਸ ਲਿਖ ਕੇ ਦੇਵਾਂਗੇ ਕਿ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਮਤਲਬ ਉਸ ਸਾਹਮਣੇ ਵਾਲੇ ਬੰਦੇ ਦਾ ਭਰੋਸਾ ਪਾਉਣ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਅਤੇ 1.5 ਲੱਖ ਰੁਪਇਆ ਜਿਹੜਾ ਹੈ ਐਡਵਾਂਸ ਕੈਸ਼ ਵਿੱਚ ਉਸ ਵਿਅਕਤੀ ਵੱਲੋਂ ਲਿਆ ਜਾਂਦਾ ਹੈ ਉਸ ਤੋਂ ਬਾਅਦ ਉਸਦਾ ਕਹਿਣਾ ਹੈ ਕਿ ਬਾਕੀ ਜੇ ਮੈਨੂੰ ਬਾਹਰ ਭੇਜਣਾ ਦੁਬਈ ਭੇਜਣਾ ਅਤੇ ਉਸ ਤੋਂ ਪਹਿਲਾਂ ਐਡਵਾਂਸ ਪੈਸੇ ਲੈ ਲੈਣੇ ਉਸ ਤੋਂ ਬਾਅਦ ਕਾਲ ਕੀਤੀ ਜਾਂਦੀ ਉਹਨਾਂ ਨੂੰ ਕਿ ਬਾਕੀ ਤਾਂ ਪ੍ਰੋਸੀਡਿੰਗਸ ਕਦੋਂ ਹੋਣਗੀਆਂ ਤਾਂ ਕੋਈ ਰਿਪਲਾਈ ਨਹੀਂ ਆਉਂਦਾ ਕਰੋਨਾ ਦੇ ਲਾਰੇ ਲਗਾਏ ਜਾਂਦੇ ਕਿ ਕਰੋਨਾ ਹੈ ਇਸ ਲਈ ਪ੍ਰੋਸੀਡਿੰਗ ਨਹੀਂ ਹੋ ਰਹੀ ਹੈ ਜਾਂ ਫਿਰ ਹੋਰ ਵੀ ਕਈ ਲਾਰੇ ਉਹਨਾਂ ਵੱਲੋਂ ਲਗਾਏ ਜਾਂਦੇ ਹੈ ਅਤੇ ਉਸ ਤੋਂ ਬਾਅਦ ਫੋਨ ਬੰਦ ਕਰ ਦਿੱਤਾ ਜਾਂਦਾ ਹੈ ਇਹ ਜਿਹੜਾ ਵਿਅਕਤੀ ਜਿਸਨੇ ਸਾਰੀ ਘਟਨਾ ਦੱਸੀ ਹੈ ਬੱਸ ਵਿੱਚ ਮੌਜੂਦ ਸੀ ਬੱਸ ਵਿੱਚ ਉਹਨਾਂ ਲੋਕਾਂ ਨੂੰ ਮਿਲਦਾ ਹੈ ਗੁਰਦੀਪ ਕੌਰ ਅਤੇ ਰਣਜੀਤ ਸਿੰਘ ਨੂੰ ਮਿਲਦਾ ਹੈ ਉੱਥੇ ਜਦ ਬਾਹਰ ਜਾਣ ਲਈ ਭਰੋਸਾ ਉਹਨਾਂ 'ਤੇ ਕਰਦਾ ਹੈ ਅਤੇ ਉਸ ਤੋਂ ਬਾਅਦ 1.5 ਲੱਖ ਰੁਪਏ ਐਡਵਾਂਸ ਦਿੰਦਾ ਹੈ ਅਤੇ ਉਹਦੇ ਜਿਹੜੇ ਪੈਸੇ ਹੈ
लुट के वह बिल्कुल अपना फोन बंद कर लेंगे तो फरार हो जाते। ये जो पूरा दोष है इस व्यक्ति वालों लगाया गया। हालांकि तुम एफ आई आर तो अंदाजा लगा सकते हो जिमें कि डिटेल्स छुपाई गई ने कि कितने एफ आई आर हुई है। ये बिल्कुल इस एफ आई आर की जी कॉपी साढ़े को आई है उस विच नहीं हैगी। वायरल तो जरूर हो रही है पर थोनों दस दिए कि पहला भी कई यहोजे केस सामने आने शुरू हो गए थे जब सिमरजीत सिंह बैंस ने एक गल कही थी कि मैं इट का जवाब पत्थर नाल दूंगा। तो उस तो बाद ही केस होन लग पे जिन्हें भी इस केस विच मौजूद सके। गुरदीप कौर के केस विच चाहे परमजीत कौर का किसी ने भी समर्थन किया हो लोगों के खिलाफ एफ आई आर दर्ज होने लग गई। हालांकि प्रिंकल से भी एफ आई आर दर्ज की गई है तो लगातार जोड़े है ये मतलब सोच सकते हैं लोगों का यह भी कहना है कि कितना कितने सब कुछ जो भी हो रहा है सिमरजीत सिंह बैंस का इसके पिछे हाथ है पर अजे तक यह प्रूफ नहीं होया। हालांकि एफ आई आर का भी कुछ हले प्रूफ नहीं है कि एफ आई आर कितने हुई है पूरा मामला सच दसिया जा रहा है कि नहीं है पर यह जी कॉपी है वायरल जरूर हो रही है। उस तो बाद जो पांच लोग ने पांच लोग एक बार फिर तो दसदा गुरदीप कौर परमजीत कौर अमरजीत सिंह जो कि गुरदीप कौर का बेटा है जो कैनेडा में रहता है मुख्तियार सिंह जो कि गुरदीप कौर के पिता ने उस तो बाद रणजीत सिंह जो कि मुख्य गवाह है गुरदीप कौर के केस में इन सारे के खिलाफ एफ आई आर दर्ज की गई है। इनते 406 धारा 406 420 धोखाधड़ी के केस में इन्हों एफ आई आर दर्ज की गई है। तो होर यहोजे वधेरे अपडेट्स लिए असं आते रहेंगे। इस केस में की होंगे की प्रूफ होंगे इस अपडेट्स थोड़े तक पहुँचते रहेंगे। तुम साढ़े नाल बने रहो देखते रहो लुधियाना टाइम्स।